ਵਿਆਹ ਵੀ ਕਰੇਗਾ ਵਿਆਹ 'ਚ ਪਤਾ ਨਹੀਂ ਨੰਬਰ ਸਾਢੇ 70 ਤੋਂ 60 ਨੰਬਰ ਸੀ ਫਿਰ ਬਾਅਦ 'ਚ ਉਹਨੇ ਘਰੋਂ ਗਏ ਕਿਤੇ ਫੋਨ ਕਰਦੇ ਹੋਣੇ ਮਦਰ ਇਹਨਾਂ ਦੀ ਨਾ ਫੋਨ ਕਰਦੇ ਹੋਣੇ ਵੀ ਇਹ ਫੋਨ ਨਾ ਚੱਕੇ ਇਹ ਫਿਰ ਉਹ ਨਾਲ ਜਿੱਥੇ ਜਿਹੜੇ ਇੱਕ ਦੋ ਘਰ ਹੈਗੇ ਨਾ ਉੱਥੇ ਨਾਲ ਜਿੱਥੇ ਇਹਨਾਂ ਦਾ ਮਾੜਾ ਗਾ ਫਿਰ ਉਹਨੇ ਨਾ ਇਹਦਾ ਦੋਸਤ ਹੈਗਾ ਮੁੰਡਾ ਉਹਨੂੰ ਫੋਨ ਕੀਤਾ ਵੀ ਜਾ ਕੇ ਦੇਖ ਮਾੜਾ ਜਿਹਾ ਵੀ ਉਹ ਫੋਨ ਨਹੀਂ ਚੱਕਿਆ ਗਾ ਜਦ ਉੱਥੇ ਗਏ ਉਹ ਦੇਖੇ ਤਾਂ ਕਰੋ ਉਹ ਨੰਬਰ ਦੇਖ 70% ਥੋੜ੍ਹੇ ਨੰਬਰ ਥੋੜ੍ਹਾ ਗਏ ਉਹ ਅਤੇ ਨੰਬਰ ਤਾਂ ਘੱਟ ਨਹੀਂ ਹੈਗੇ ਆ ਕੋਈ ਹੋਰ ਹੀ ਕਾਰਨ ਹੋ ਸਕਦਾ ਹੁਣ ਕਹਿ ਨਹੀਂ ਸਕਦੇ ਹੁਣ ਕਿਉਂ ਕਿ ਉਸ ਟਾਈਮ ਤਾਂ ਕੋਈ ਹੈ ਨਹੀਂ ਸੀਗਾ ਕੋਲ ਇਕੱਲਾ ਹੀ ਸੀਗਾ ਉਹ ਨਤੀਜੇ ਦੇ ਵਿੱਚ ਨੰਬਰ ਘੱਟ ਆਉਣ ਤੇ ਇੱਕ ਵਿਦਿਆਰਥੀ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਜਿਹਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਪੜ੍ਹਾਈ ਜ਼ਿੰਦਗੀ ਦੇ ਵਿੱਚ ਬੇਸ਼ੱਕ ਬਹੁਤ ਜ਼ਰੂਰੀ ਹੈ ਪਰ ਪੜ੍ਹਾਈ ਦੇ ਪ੍ਰੈਸ਼ਰ ਕਰਕੇ ਇੱਕ ਵਿਦਿਆਰਥੀ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਬੀਤੇ ਦਿਨ CBSE ਦੇ ਵੱਲੋਂ 12ਵੀਂ ਦੇ ਨਤੀਜੇ ਐਲਾਨੇ ਗਏ ਸਨ ਜਿੱਥੇ 70% ਨੰਬਰ ਹਾਸਲ ਕਰਨ ਦੇ ਬਾਵਜੂਦ ਇਸ ਮੁੰਡੇ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਇਹ ਤਸਵੀਰ ਹਰਮਨਪ੍ਰੀਤ ਸਿੰਘ ਦੀ ਹੈ ਜੋ ਨੰਗਲ ਦੇ ਪਿੰਡ ਸੰਗਤਪੁਰ ਦਾ ਰਹਿਣ ਵਾਲਾ ਸੀ ਪਰ ਅੱਜ ਇਹ ਮਾਪਿਆਂ ਦਾ ਪੁੱਤ ਦੁਨੀਆਂ 'ਚ ਨਹੀਂ ਰਿਹਾ। ਪਰਿਵਾਰ ਮੁਤਾਬਕ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸਨੇ ਘੱਟ ਅੰਕ ਆਉਣ 'ਤੇ ਇੱਕ ਕਦਮ ਚੁੱਕਿਆ। ਦੱਸੇ ਕਿ ਹਰਮਨਪ੍ਰੀਤ ਸਿੰਘ ਦੇ ਪਿਤਾ ਵਿਦੇਸ਼ ਦੇ ਵਿੱਚ ਨੌਕਰੀ ਕਰਦੇ ਹਨ ਜਦਕਿ ਹਰਮਨਪ੍ਰੀਤ ਆਪਣੇ ਘਰ ਆਪਣੀ ਮਾਂ ਅਤੇ ਭੈਣ ਦੇ ਨਾਲ ਰਹਿੰਦਾ ਸੀ ਪਰ ਜਦੋਂ 12ਵੀਂ ਦੇ ਨਤੀਜੇ ਆਏ ਤਾਂ 70% ਨੰਬਰ ਹਾਸਲ ਕਰਨ ਦੇ ਬਾਵਜੂਦ ਇਸ ਮੁੰਡੇ ਦੇ ਵੱਲੋਂ ਆਪਣੇ ਆਪ ਨੂੰ ਖਤਮ ਕਰ ਲਿਆ ਗਿਆ, ਖੁਦਕੁਸ਼ੀ ਕੀਤੀ ਗਈ। ਬੇਟਾ ਇਹਦਾ ਇਹਦਾ ਸਮਝੋ ਇੱਕ ਦਿਨ ਹੋਇਆ ਸੀ ਇਹਦਾ ਰਿਜ਼ਲਟ ਨਿਕਲਿਆ ਇਹਦਾ ਰਿਜ਼ਲਟ 'ਚ ਪਤਾ ਨਹੀਂ ਨੰਬਰ ਸਮਝ 70% ਨੰਬਰ ਸੀ। ਹੁਣ ਪਤਾ ਨਹੀਂ ਕਿਆ ਚੱਕਰ ਹੋਇਆ ਵੀ ਸਮਝੋ 1 ਵਜੇ ਇਹਦਾ ਜਿਹੜਾ ਬਾਬਾ ਹੈਗਾ ਬਾੜੇ ਅਤੇ ਗਿਆ ਉੱਥੇ ਬੈਠਾ ਹੋਇਆ ਸੀਗਾ। ਉਹਨੇ ਬਾਬੇ ਨੂੰ ਕਿਹਾ ਵੀ ਜਾ ਤੂੰ ਰੋਟੀ ਖਾ ਲੈ ਜਾ ਕੇ ਅਤੇ ਮੈਂ ਬੈਠਦਾ ਇੱਥੇ। ਅਤੇ ਉਹ ਫਿਰ ਉਹ ਆ ਗਿਆ, ਉਹਨੂੰ ਕਿਆ ਪਤਾ ਵੀ ਮਤਲਬ ਇੱਦਾਂ ਦਾ ਕੋਈ ਹੋ ਜਾਣਾ ਗਾ ਕੁਛ। ਅਤੇ ਫੋਨ ਤਾਂ ਹੁੰਦਾ ਹੀ ਆ, ਹੁਣ ਹਰੇਕ ਨਿਆਣੇ ਕੋਲ ਫੋਨ ਹੈਗਾ ਹੀ ਆ। ਅਤੇ ਅੱਗੇ ਵੀ ਕਹਿੰਦੇ ਆ ਕੇ ਬੈਠ ਜਾਂਦਾ ਜਾਂ ਕਿਹੜਾ ਕਿਹੜਾ ਫੋਨ ਚਲਾਈ ਜਾਣਾ ਇਹਨੇ। ਅਤੇ ਉਹ ਰੋਟੀ ਖਾਣ ਆ ਗਿਆ, ਉਹਨੂੰ ਕੋਈ ਪਤਾ ਨਹੀਂ ਲੱਗਿਆ ਗਾ। ਫਿਰ ਬਾਅਦ 'ਚ ਉਹਨੇ ਘਰੋਂ ਗਏ ਕਿਤੇ ਫੋਨ ਕਰਦੇ ਹੋਣੇ ਮਦਰ ਇਹਨਾਂ ਦੀ ਨਾ ਫੋਨ ਕਰਦੇ ਹੋਣੇ ਵੀ ਅਤੇ ਫੋਨ ਨਾ ਚੱਕੇ ਇਹ। ਫਿਰ ਉਹ ਨਾਲ ਜਿੱਥੇ ਜਿਹੜੇ ਇੱਕ ਦੋ ਘਰ ਹੈਗੇ ਨਾ ਉੱਥੇ ਨਾਲ ਜਿੱਥੇ ਇਹਨਾਂ ਦਾ ਬਾੜਾ ਗਾ ਫਿਰ ਉਹਨੇ ਨਾ ਇਹਦਾ ਦੋਸਤ ਹੈਗਾ ਮੁੰਡਾ ਉਹਨੂੰ ਫੋਨ ਕੀਤਾ ਵੀ ਜਾ ਕੇ ਦੇਖ ਮਾੜਾ ਜਿਹਾ ਵੀ ਉਹ ਫੋਨ ਨਹੀਂ ਚੱਕਿਆ ਕਰਦਾ। ਜਦ ਉੱਥੇ ਗਏ ਉਹ ਤਾਂ ਉੱਥੇ ਦੇਖਿਆ ਤਾਂ ਉੱਪਰ ਉਹਨੇ ਮਤਲਬ ਪੱਸੀ ਬੰਨ ਕੇ ਪਾ ਲਾ ਲਿਆ ਹੋਇਆ ਸੀ। ਹੋਰ ਕੀ ਨਾਮ ਫਿਰ ਮੁੰਡੇ ਦਾ? ਹੈਂ ਮੁੰਡਾ ਨਾਮ ਕੀ ਸੀ? ਮੁੰਡੇ ਦਾ ਨਾਮ ਹੈ ਹਰਮਨਪ੍ਰੀਤ। ਹਾਂ ਹਾਂ ਹਰਮਨਪ੍ਰੀਤ ਹੈ। ਹਰਮਨਪ੍ਰੀਤ ਪੇਰੈਂਟਸ ਕਿੱਥੇ ਹੈ ਜੀ? ਪੇਰੈਂਟਸ ਉਹਨੇ ਜਿਹੜੇ ਫਾਦਰ ਹੈ ਉਹ ਤਾਂ ਬਾਹਰ ਸੀਗੇ ਉਹ ਅਤੇ ਉਹ ਵੀ ਉਹਨਾਂ ਨੇ ਵੀ ਆ ਜਾਣਾ, ਆ ਹੀ ਗਏ ਮੇਰੇ ਖਿਆਲ ਸ਼ਾਇਦ ਉਹ। ਹਾਂ ਉਹ ਆ ਗਏ ਵੇ ਹੈ ਅਤੇ ਮਦਰ ਹੈ ਇੱਕ ਉਹਨਾਂ ਦੀ ਸਿਸਟਰ ਹੈਗੀ ਦੋਨੇ ਸੀ। ਦੇਖੋ ਇੱਦਾਂ ਤਾਂ ਨਹੀਂ ਲੱਗਦਾ ਹੈਗਾ, ਦੇਖੋ ਹੁਣ ਨੰਬਰ ਦੇਖੋ 70% ਥੋੜ੍ਹੇ ਨੰਬਰ ਥੋੜ੍ਹਾ ਗਏ ਹੈ ਅਤੇ ਨੰਬਰ ਤਾਂ ਘੱਟ ਨਹੀਂ ਹੈਗੇ ਆ, ਕੋਈ ਹੋਰ ਹੀ ਕਾਰਨ ਹੋ ਸਕਦਾ ਹੁਣ ਹੁਣ ਕਹਿ ਨਹੀਂ ਸਕਦੇ ਹੁਣ ਕਿਉਂ ਕਿ ਉਸ ਟਾਈਮ ਤਾਂ ਕੋਈ ਹੈ ਨਹੀਂ ਸੀਗਾ ਕੋਲ, ਇਕੱਲਾ ਹੀ ਸੀਗਾ ਉਹ, ਠੀਕ ਨਹੀਂ ਹੈ। ਇਹ ਤਾਂ ਹੁਣ ਫੋਨ ਤੋਂ ਹੀ ਪਤਾ ਲੱਗ ਸਕਦਾ ਹੈਗਾ ਜਿਹੜਾ ਕਿ ਫੋਨ ਡਿਟੇਲ 'ਚੋਂ ਵੀ ਕਿਹਦੀ ਕਾਲ ਆਈ ਹੈ ਜਾਂ ਕਿੱਦਾਂ ਵੀ ਹੋਇਆ, ਹੁਣ ਉਦੋਂ ਹੀ ਕੁਛ ਪਤਾ ਲੱਗ ਸਕਦਾ, ਹੋਰ ਤਾਂ ਨਾ ਘਰਦਿਆਂ ਨੂੰ ਪਤਾ ਨਾ ਆਣ ਦੂਜਾ ਪੜੋਸੀਆਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਕੁਛ। ਬਾਈ ਨੇਚਰ ਗੱਲ ਕਰੀਏ ਬੱਚੇ ਦੀ, ਬਾਈ ਨੇਚਰ ਤਾਂ ਜੀ ਉਹ ਬਹੁਤ ਹੀ ਵਧੀਆ, ਕਦੇ ਅੱਜ ਤੱਕ ਅਸੀਂ ਨਾ ਉਹਦਾ ਲੋਫਰ ਪਾਉਣਾ ਕੁਛ ਵੀ ਨਹੀਂ ਸੀਗਾ, ਭਲਾ ਆਪਣਾ ਆਪਣਾ ਕੰਮ ਕਰਨਾ ਘਰ ਆਉਣਾ ਬਸ, ਕੋਈ ਮੈਂ ਕਦੀ ਦੇਖਿਆ ਨਹੀਂ ਨਾ ਅਵਾਰਾ ਘੁੰਮਦਾ ਦੇਖਿਆ ਕਦੀ ਵੀ ਨਹੀਂ, ਉਹਦੀ ਬੋਲ ਬਾਣੀ ਇੰਨੀ ਵਧੀਆ ਸੀ। ਅੱਛਾ 20 ਦਿਨ ਹੋਏ ਮੇਰੇ ਕੋਲ ਆਇਆ, ਮੈਂ ਬੈਠਾ ਸੀਗਾ ਅਤੇ ਆਇਆ ਅਤੇ ਚਾਚਾ ਜੀ ਮੇਰਾ ਨਾ ਵੋਟਰ ਕਾਰਡ ਬਣ ਕੇ ਆ ਗਿਆ। ਪਹਿਲਾਂ ਕਹਿੰਦੇ ਮੇਰਾ ਬਣਿਆ ਨਹੀਂ, ਮੈਂ ਕਿਹਾ ਆ ਜਾਣਾ ਜਾਂ ਬਾਈ ਪੋਸਟ ਆਉਣਾ ਆ ਜਾਣਾ ਤੇਰਾ, ਅਤੇ ਫਿਰ ਆਇਆ ਕਹਿੰਦਾ ਮੇਰਾ ਬਣ ਗਿਆ ਹੋਇਆ ਉੱਧਰ, ਉਹ ਸੈਂਸ ਹੋਜ਼ ਸੀ ਸੈਂਸ ਹੋਜ਼ ਪੜਦਾ ਸੀ। ਇੱਕ ਸਾਨੂੰ ਕੱਲ੍ਹ ਇਨਫੋਰਮੇਸ਼ਨ ਆਈ ਸੀ ਬਰੋਡਡ ਸਿਵਲ ਹੋਸਪਿਟਲ ਤੋਂ ਰੁਕਮ ਰਿਸੀਵ ਹੋਇਆ ਸੀਗਾ ਜਿਹਦੇ ਵਿੱਚ ਇੱਕ ਹਰਮਨਪ੍ਰੀਤ ਸਿੰਘ ਨਾਮ ਦਾ ਲੜਕਾ ਜਿਹੜਾ ਜਿਹਦੀ ਉਮਰ 18 ਸਾਲ ਹੈ ਪਲੱਸ 2 ਕਰਕੇ ਹਟਿਆ ਸੀਗਾ, ਉਹਨੇ ਹੈਂਗਿੰਗ ਕਰ ਲਈ ਸੀਗੀ ਅਤੇ ਜਿਹਦੇ ਨਾਲ ਹੋਸਪਿਟਲ ਜਾਂਦੇ ਟਾਈਮ ਉਹ ਇੱਦਾਂ ਹੋ ਗਿਆ ਸੀ। ਅਤੇ ਸਾਨੂੰ ਨਾਲ ਉਹਦੇ ਚਾਚਾ ਜੀ ਸਾਧੂ ਸਿੰਘ ਜੋ ਪੰਜਾਬ ਪੁਲਿਸ 'ਚ ਜੋਬ ਕਰਦੇ ਆ ਥਾਣਾ ਨੰਗਲ ਵਿਖੇ, ਉਹਨਾਂ ਨੇ ਸਾਨੂੰ ਸਟੇਟਮੈਂਟ ਵੀ ਲਿਖਾਈ ਸੀਗੀ। ਬਾਕੀ ਪੋਸਟਮਾਰਟਮ ਜਾ ਰਹੀ ਹੈ ਅਤੇ ਉਹ ਤੋਂ ਬਾਅਦ ਜਾਂਚ ਕਰ ਰਹੇ ਆਪਾਂ ਜਿੱਦਾਂ ਦੀ ਵੀ ਕਾਰਵਾਈ ਹੋ ਗਈ। ਹਾਂ ਦੱਸ ਰਹੇ ਆ ਜੀ, ਉਹਦੇ ਪਰਿਵਾਰਕ ਮੈਂਬਰ ਵੀ ਦੱਸ ਰਹੇ ਆ ਬੱਚਾ ਬੜਾ ਸਹੀ ਸੀਗਾ, ਕੋਈ ਤਾਂ ਇਹੋ ਜਿਹੀ ਗੱਲ ਤਾਂ ਬੈਕਗਰਾਊਂਡ ਬਹੁਤ ਅੱਛੀ ਸੀਗੀ ਬੱਚੇ ਦੀ ਪਰ ਨੰਬਰਿੰਗ ਘੱਟ ਆਉਣ ਲੱਗ ਕਹਿੰਦਾ ਵੀ ਵੀ ਕੱਲ੍ਹ ਰਿਜ਼ਲਟ ਆਇਆ ਸੀਗਾ ਉਸ ਟਾਈਮ ਪਲੱਸ 2 ਦਾ ਜਿਹਦੇ ਕਰਕੇ ਉਹਨੇ ਇਹ ਕਦਮ ਚੁੱਕਿਆ। ਹਾਂਜੀ ਹਾਂਜੀ ਪੁਲਿਸ ਦੀ ਜਾਂਚ ਆ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ 12ਵੀਂ ਜਮਾਤ ਦਾ ਵਿਦਿਆਰਥੀ ਹਰਮਨਪ੍ਰੀਤ ਸਿੰਘ ਆਪਣੇ ਘਰ ਦੇ ਨਾਲ ਲੱਗਦੇ ਬਾੜੇ ਦੇ ਵਿੱਚ ਮੌਜੂਦ ਆਪਣੇ ਦਾਦੇ ਨੂੰ ਘਰ ਰੋਟੀ ਦੇਣ ਲਈ ਗਿਆ ਸੀ ਅਤੇ ਇਸੇ
ਘਟਨਾ ਮਗਰੋਂ ਉਸਨੇ ਇਹ ਖੌਫਨਾਕ ਕਦਮ ਚੁੱਕਿਆ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ। ਪਰ ਪੜ੍ਹਾਈ ਬੇਸ਼ੱਕ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ, ਪਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਹ ਅਪੀਲ ਕਰਨੀ ਚਾਹੀਦੀ ਹੈ ਕਿ ਉਹਨਾਂ ਦੀ ਜ਼ਿੰਦਗੀ ਸਭ ਤੋਂ ਜ਼ਰੂਰੀ ਹੈ। ਪੜ੍ਹਾਈ ਦਾ ਪ੍ਰੈਸ਼ਰ ਇੰਨਾ ਵੀ ਬੱਚਿਆਂ ਦੇ ਉੱਤੇ ਨਹੀਂ ਪਾਉਣਾ ਚਾਹੀਦਾ ਕਿ ਉਹ ਆਪਣੇ ਆਪ ਨੂੰ ਖਤਮ ਕਰ ਲੈਣ, ਅਜਿਹਾ ਖੌਫਨਾਕ ਕਦਮ ਚੱਕਣ। ਬਿਊਰੋ ਰਿਪੋਰਟ, PTC ਨਿਊਜ਼।